ਸਾਰੇ ਦਾ ਫਿਰ ਤੁਹਾਨੂੰ ਜੋਬਲ ਦੇ ਨਿਊ ਬਲੌਗ ਚ ਸਵਾਗਤ ਕਹਿੰਦੀ ਮਿੱਤਰੋ ਮੀਂਹ ਵੀ ਚੈਤਾ ਫਾਈਨਲੀ ਆਪਾਂ ਹੁਣ ਪਾਕਿਸਤਾਨ ਦੇ ਅੰਦਰ ਚੱਲ ਲਓ ਜੀ ਤੁਹਾਡੇ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰੇ ਦਾ ਫਿਰ ਤੁਹਾਨੂੰ ਜੋਬਲ ਦੇ ਨਿਊ ਬਲੌਗ ਚ ਸਵਾਗਤ ਹੈ ਤੇ ਲੈਂਦੇ ਹੀ ਮਿੱਤਰੋ ਜੈੜੀ ਸ਼ੈੜੀ ਹੋ ਰਹੇ ਮੁੰਡੇ ਪੱਧਾ ਚਟਨੀਆਂ ਬਣਦੇ ਹੀ ਨਾਲ ਆਪਣਾ ਪੀਜੇ ਭਰਾ ਵੀ ਚੱਲਾ ਰਹੇ ਸੀ ਸੱਜ ਜਿਵੇਂ ਦੀ ਇਹਦਾ ਨਾਮ ਪਰਵਿੰਦਰ ਆ ਆਪਾਂ ਪੀਜੇ ਰਹਿ ਜਾਈਦਾ ਮਜ਼ਾਕੀ ਹੈ ਤੌਰ 'ਤੇ ਲਓ ਜੀ ਇਹਨਾਂ ਨੇ ਮੁੰਡਿਓ ਆਪਾਂ ਤਿੰਨ ਜਣੇ ਚੱਲੇ ਹਾਂ ਮੈਂ ਅਤੇ ਮੇਰਾ ਭਰਾ ਅਤੇ ਇਹਨਾਂ ਦੀ ਮੁੰਡੇ ਸੋਹਣੇ ਹੀ ਬੜੇ ਲੱਦ ਰਹੇ ਅਸੀਂ ਕਹਿੰਦੇ ਬੇਟੀ ਸੱਜੋ ਜੀ ਕਹਿੰਦੇ ਇੱਥੇ ਹੋ ਜੀ ਕਹਿੰਦੇ ਜੀ ਇੱਥੇ ਆਦੀ ਟੁੱਟਿਆ ਦਾ ਪੂਰਾ ਭੰਡਾਰ ਜੀ ਕਹਿੰਦੇ ਜੀ ਬੇਟੀ ਸੱਜੋ ਆਪਣੀ ਧੰਨੋ ਰਾਣੀ ਪੂਰੀ ਲਿਸਟਾ ਦੇਈ ਜਾਂਦੇ ਚਲੋ ਇਹਨਾਂ ਨੇ ਮੁੰਡਿਓ ਥੋੜੀ ਤਿੰਨ ਮਹੀਨੇ ਹੋਣ ਲੱਗ ਗਈ ਮੇਰੇ ਹਿਸਾਬ ਨਾਲ ਲੱਦਦਾ ਪਿਆ ਜਾਂ ਵੈਸੀ ਨਹੀਂ ਨਹੀਂ ਹੋਣ ਲੱਗ ਗਈ ਪੈ ਰਹੀ ਹੈ ਤਿੰਨ ਮਹੀਨੇ ਲਓ ਜੀ ਇਹਨਾਂ ਨੇ ਮੁੰਡਿਓ ਚੱਲਦੇ ਪਏ ਆ ਤੇ ਬੇਠੀ ਸੱਜੋ ਤੇ ਮਿੱਤਰੋ ਜਿਹੜੇ ਮੇਰੇ ਭਰਾ ਨਿਊ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲੈਣ ਹੋਣ ਤੇ ਆਪਣਾ ਸ਼ੇਅਰ ਕਰਨਾ ਨਾ ਭੁੱਲਣਾ ਆਪਣਾ ਬਲੌਗ ਕਹਿੰਦੀ ਮੁੰਡਿਓ ਚੱਲਦੇ ਚਲੋ ਜੀ ਕਹਿੰਦੇ ਅੱਜ ਦਾ ਮੂਡ ਹੀ ਆਪਣਾ ਵੱਖਰਾ ਹੈ ਬੰਦ ਹੈ ਪਹਿਲਾਂ ਦੱਸਾਂ ਤੇ ਨਹੀਂ ਚੈਨਲ ਨੂੰ ਕਰ ਲੈਣ ਪਹਿਲਾਂ ਸਬਸਕ੍ਰਾਈਬ ਫੇਰ ਦੱਸਾਂ ਤੇ ਚਲੋ ਇਹਨਾਂ ਨੇ ਮਿਲਦੇ ਆ ਜਾਦੇ ਮਿੱਤਰੋ ਆਪਾਂ ਜਾਂਦੇ ਹੀ ਪਏ ਹਾਂ ਰਾਸਤੇ ਤੇ ਫਿਲਹਾਲ ਆਹ ਦੀ ਹੋ ਰਿਹਾ ਇੱਥੇ ਤੇ ਕੰਮ ਹੁੰਦਾ ਪਿਆ ਤੇ ਲਓ ਜੀ ਕਹਿੰਦੇ ਆਪਾਂ ਨੂੰ ਇਹ ਚੀਜ਼ ਨਹੀਂ ਪਤਾ ਆਪਾਂ ਨੂੰ ਮੈਂ ਛੱਛ ਤੇ ਜ਼ਰੂਰ ਦੱਸਦਾ ਪਤਾ ਨਹੀਂ ਕੀ ਬੰਦਾ ਪਿਆ ਆਪਣੇ ਫਿਰੋਜ਼ਪੁਰ 'ਚ ਕਹਿੰਦੇ ਇਹਨਾਂ ਨੂੰ ਵੀ ਥੋੜ੍ਹੀ ਜਿਹੀ ਤਰੱਕੀ ਰਹੀ ਹੈ ਫਿਰੋਜ਼ਪੁਰ ਨੂੰ ਅੱਪ ਧਰੀਏ ਤੇ ਕਹਿੰਦੀ ਵੇਠੀ ਸੱਜੋ ਆਪਾਂ ਇਸ ਟਾਈਮ ਕਹਿੰਦੇ ਬੋਰਡਰ ਤੇ ਦੱਸਣਾ ਆਪਣਾ ਫਲਜੀ ਸੀਗਾ ਤੇ ਹਨਾ ਹੀ ਵੇਠੀ ਸੱਜੋ ਇੰਤਜ਼ਾਰ ਦੀਆਂ ਧੜੀਆਂ ਮੁੱਟੀਆਂ ਜੀ ਕਹਿੰਦੇ ਵੇਖ ਲਓ ਜੀ ਕਹਿੰਦੇ ਇੱਥੋਂ ਦਾ ਤੁਸੀਂ ਕਹਿੰਦੇ ਲਾਹੌਰ ਨਹੀਂ ਵੇਖਿਆ ਉਹਨਾਂ ਨੇ ਤੁਛ ਨਹੀਂ ਵੇਖਿਆ ਜੀ ਕਹਿੰਦੇ ਫਿਰੋਜ਼ਪੁਰੀ ਨਹੀਂ ਵੇਖਿਆ ਤੇ ਲਓ ਜੀ ਕਹਿੰਦੇ ਆਪਾਂ ਲਾਹੌਰ ਵੱਲ ਵੀ ਤੁਹਾਨੂੰ ਠੋਲਦੇ ਰਹਾ ਦਈਏ ਤਿਆਣਾ ਹੀ ਵੇਠੀ ਸੱਜੋ ਹੀ ਕਹਿੰਦੇ ਲਾਹੌਰ ਨਾਲ ਟੈਂਟ ਵੀ ਲੱਦਾ ਹੋਇਆ ਵੇਖ ਲਓ ਜੀ ਕਹਿੰਦੇ ਲਾਹੌਰ ਹੈ 15 ਕਿਲੋਮੀਟਰ ਤੇ ਵੇਠੀ ਸੱਜੋ ਤੇ ਚਲੋ ਜੀ ਕਹਿੰਦੇ ਇੱਥੇ ਟੈਂਟ ਵਗੈਰਾ ਵੀ ਲੱਦੇ ਹੋਏ ਨੇ ਕਹਿੰਦੇ ਆਪਣੀ ਧੰਨੋ ਰਾਣੀ ਵੀ ਚੱਲਦੇ ਚੱਲੇ ਸ਼ੂਟ ਦੀ ਤੇ ਵੇਠੀ ਸੱਜੋ ਲਓ ਜੀ ਕਹਿੰਦੇ ਆਪਾਂ ਹੁਣ ਪੁੱਲ ਤੇ ਚੜ੍ਹਨ ਲੱਗਿਆ ਹੀ ਕਹਿੰਦੇ ਵੇਠੀ ਸੱਜੋ ਨਵਾਂ ਪੁੱਲ ਬਣਿਆ ਆਪਣੇ ਫਿਰੋਜ਼ਪੁਰ 'ਚ ਤੇ ਵੇਖ ਲਓ ਜੀ ਕਹਿੰਦੇ ਚਲੋ ਜੀ ਕਹਿੰਦੇ ਚੱਲਦੇ ਚਲੋ ਜੀ ਵੇਖ ਲਓ ਜੀ ਕਹਿੰਦੇ ਵੇਠੀ ਸੱਜੋ ਮਿਲਦੇ ਆ ਜੀ ਜਾਂਦੇ ਤੇ ਕਹਿੰਦੀ ਧੂੰਆਂ ਹੀ ਵੱਧ ਉਡਾਈ ਜਾਂਦੇ ਆ ਗੱਡੀ ਵਾਲੇ ਕਹਿੰਦੇ ਜੀ ਵੇਠੀ ਸੱਜੋ ਤੇ ਆਪਾਂ ਫਾਈਨਲੀ ਜਾਂਦੇ ਪਏ ਹਾਂ ਤੇ ਦੇਖ ਲਓ ਕਹਿੰਦੇ ਸਕੂਨ ਕਿੰਨਾ ਦੇ ਜ਼ਿਆਦਾ ਮਿਲਦਾ ਆਪਾਂ ਨੂੰ ਇੱਥੇ ਆ ਕੇ ਤੇ ਕਹਿੰਦੀ ਫਿਰ ਆਪਾਂ ਨੂੰ ਇਹ ਢੋਰ ਵੇਖਣ ਨੂੰ ਟੈਂਟ ਮਿਲਦੇ ਆ ਕਹਿੰਦਾ ਜੀ ਤੇ ਕਹਿੰਦੀ ਵੇਠੀ ਸੱਜੋ ਤੇ ਆਪਣਾ ਮੂਲ ਝੜ ਤੋਂ ਬਣਾਈ ਜੀ ਝੈਣ ਹੈ ਤੇ ਨਿਆਰੇ ਪੂਰੇ ਬੰਨੇ ਪਏ ਆ ਕਹਿੰਦੇ ਆਪਣੀ ਧੰਨੋ ਰਾਣੀ ਵੀ ਛੱਡੇ ਪੂਰੀ ਚੱਲੀ ਆਈ ਤੇ ਮਿਲਦੇ ਆ ਤੇ ਜਾਦੇ ਆ ਕੀ ਹੋ ਰਿਹਾ ਤੇ ਅੱਡੇ ਦੇ ਕਹਿੰਦੀ ਫਾਟਾ ਦੀ ਲੱਦਾ ਆਇਆ ਜੀ ਕਹਿੰਦੇ ਰਸ਼ ਵੇਖ ਲਈ ਕਹਿੰਦੇ ਕਿੰਨਾ ਜ਼ਿਆਦਾ ਪਿਆ ਹੋਇਆ ਲੰਘ ਗਈ ਆ ਕੀ ਹੋ ਰਿਹਾ ਵੈਸੇ ਤੇ ਘਰੇ ਲੰਘਦੀ ਰਹੀ ਹੈ ਮੇਰੇ ਹਿਸਾਬ ਨਾਲ ਹੀ ਲੱਦਣਾ ਲੰਘੀ ਹੈ ਫਿਲਹਾਲ ਵੇਖ ਹੀ ਸਕਦੇ ਹੋ ਤਿਆਣਾ ਜੀ ਇੱਥੇ ਜੀ ਬਾਰਡਰ ਚੱਲੇ ਆ ਆਪਾਂ ਬੋਡਾ ਬਾਰਡਰ ਤਿਆਣਾ ਜੀ ਵੇਖ ਹੀ ਸਕਦੇ ਹੋ ਤੇ ਚਲੋ ਜੀ ਕਹਿੰਦੇ ਆਪਾਂ ਜਾ ਕੇ ਮਿਲਦੇ ਹਾਂ ਜੀ ਤੇ ਇਹ ਵੇਖ ਹੀ ਸਕਦੇ ਹੋ ਇੱਥੋਂ ਦਾ ਮਾਹੌਲ ਚਾਲ ਵੀ ਫਿਰੋਜ਼ਪੁਰ ਦਾ ਤਿਆਣਾ ਜੀ ਤੇ ਕਹਿੰਦੀ ਇੱਥੇ ਟ੍ਰੈਫਿਕ ਜਿਹਾ ਲੱਗਾ ਆ ਥੋੜ੍ਹਾ ਜਿਹਾ ਫਾਟਰ ਲੱਦਣ ਦੇ ਕਾਰਨ ਤੇ ਚਲੋ ਜੀ ਆਪਾਂ ਇੱਥੇ ਚੱਲਦੇ ਹਾਂ ਬਰੇ ਵੈਸੇ ਤੇ ਕਿਸਮਤ ਚੱਲਦੀ ਆਪਾਂ ਥੋੜ੍ਹੀ ਤੇ ਲੁੱਟਣ ਦੀ ਤੁਹਾਨੂੰ ਲੋੜ ਹੀ ਨਹੀਂ ਪਾਈ ਆਪਾਂ ਥੋੜ੍ਹੀ ਦਿਆ ਤੇ ਚਲੋ ਜੀ ਕਹਿੰਦੇ ਚੱਲੀਏ ਤੇ ਵੇਖ ਲਓ ਜੀ ਕਹਿੰਦੇ ਇੱਥੋਂ ਦਾ ਰਸ਼ ਵੇਖ ਲਓ ਜੀ ਕਹਿੰਦੇ ਪੂਰਾ ਪੂਰਾ ਹੀ ਕਹਿੰਦੇ ਵੇਸੀ ਸੱਜੋ ਤੁਸੀਂ ਇੱਥੋਂ ਦਾ ਤੇ ਚਲੋ ਜੀ ਕਹਿੰਦੇ ਮਿਲਦੇ ਆ ਅੱਗੇ ਜਾ ਤੇ ਰਸ਼ ਟੱਪ ਲਈਏ ਥੋੜ੍ਹਾ ਜਿਹਾ
ਤੇ ਲਓ ਜੀ ਕਹਿੰਦੇ ਭਾਜੀ ਹੁੰਦੀ ਐਕਟੀਵਾ ਹੀ ਵੇਖ ਲਾ ਕਹਿੰਦੇ ਸਮਾਨ ਲੈ ਕੇ ਚੱਲੇ ਪੂਰਾ ਭਾਜੀ ਦੇ ਜੀ ਸਕਦੇ ਤੇ ਲਓ ਜੀ ਆਪਣਾ ਟੋਚੀ ਟੂਰ ਆਪਣਾ ਬਾਰਡਰ ਲੈ ਰਿਹਾ ਇੱਥੇ ਹਨਾ ਜੀ 5 ਕਿਲੋਮੀਟਰ ਬਾਰਡਰ ਰਹਿ ਰਿਹਾ ਹੁਸੈਨੀ ਵਾਲਾ ਬਾਰਡਰ 5 ਕਿਲੋਮੀਟਰ ਤੇ ਚਲੋ ਜੀ ਕਹਿੰਦੇ ਚੱਲਦੇ ਹਾਂ ਜੀ ਫਾਈਨਲੀ ਮਿਲਦੇ ਹਾਂ ਜਾਣੇ ਤੇ ਵੇਖੀ ਸਕਦੇ ਹੁਸੈਨੀ ਵਾਲਾ ਬਾਰਡਰ 5 ਕਿਲੋਮੀਟਰ ਤੇ ਚਲੋ ਜੀ ਕਹਿੰਦੇ ਵੇਖੀ ਸਕਦੇ ਸਟੂਨ ਤਿੰਨਾਂ ਦੇ ਜ਼ਿਆਦਾ ਵਧੀਆ ਮਿਲ ਰਿਹਾ ਇੱਥੇ ਆ ਕੇ ਆਕਸੀਜਨ ਵੀ ਤਿੰਨੀ ਟੈਂਟ ਦੇ ਰਿਹਾ ਆਪਾਂ ਨੂੰ ਪੇੜ ਪੌਦੇ ਤੇ ਹਨਾ ਜੀ ਵੇਖੀ ਸਕਦੇ ਸੂਰਜ ਦੀ ਡਲ ਦਿੱਤੀ ਜਾਵੇ ਬਹੁਤ ਹੀ ਟੈਂਟ ਲੱਗਦਾ ਆਸਮਾਨ 'ਚ ਹਨਾ ਜੀ ਤੇ ਵੇਖੀ ਸਕਦੋ ਤੇ ਚਲੋ ਜੀ ਕਹਿੰਦੇ ਆਪਾਂ ਜਾ ਕੇ ਮਿਲਦੇ ਹਾਂ ਤੇ ਜੁੜੇ ਦਿਓ ਕਹਿੰਦੀ ਨਾਲੋ ਨਾਲ ਨਹਿਰ ਹੈ ਤੇ ਬੇਠੀ ਸਕਦੇ ਇੱਥੇ ਕਹਿੰਦੀ ਫਾਈਨਲੀ ਮੀਂਹ ਪੈ ਰਿਹਾ ਹੱਟਿਆ ਕਹਿਣਾ ਜੀ ਬੇਠੀ ਸਕਦੇ ਹੋ ਤੁਸੀਂ ਇੱਥੇ ਦੇਖਦੇ ਜਾਂਦੇ ਨਹਿਰ ਵੱਲ ਵੀ ਕਹਿਣਾ ਜੀ ਇੱਥੇ ਕਹਿੰਦੀ ਬੈਠੀ ਹੋਈ ਨਿਆਰਾ ਪੂਰਾ ਆਈ ਜਾਂਦੇ ਫਾਈਨਲੀ ਉਹ ਜੀ ਜਾਂਦੇ ਮੈਟਰੋ ਤੇ ਆਪਣਾ ਵੀਰੇ ਭਰਾ ਦੱਸ ਯਾਰ ਹੁਣ ਤੇ ਗੱਲ ਹੈ ਗੱਲਾਂ ਬਾਤਾਂ ਆਪਣੇ ਫਰੈਂਡਸ ਨਾਲ ਬਸ ਆਪਾਈ ਦਾ ਦਿਲ ਪਾਣੀ ਇੱਥੋਂ ਬਾਹਰ ਆ ਯਾਰ ਦਾਦੀ ਗੱਲ ਬੜੀ ਭੈਣ ਦਿੱਤੀ ਆਪਣੇ ਵੀਰੇ ਭਰਾ ਨੇ ਵੀ ਤਾਂ ਲਓ ਜੀ ਜਾਂਦੇ ਇੱਥੇ ਵੀ ਬੇਟੀ ਚੈੱਕ ਕਰ ਲਓ ਜੀ ਜਾਂਦੇ ਗੱਡੀਆਂ ਜਾ ਰਹੀਆਂ ਸ਼ੁੱਧ ਦੀਆਂ ਆਪਣੀ ਧਨੋ ਰਾਣੀ ਵੀ ਜਾਂਦੀ ਪਈ ਆ ਫਾਈਨਲੀ ਸੂਰਜੀ ਦੀ ਚਲੋ ਅਸੀਂ ਜਾਂਦੇ ਵੇਚੀ ਸਕਦੇ ਇੱਥੇ ਮੀਂਹ ਪਿਆ ਵੈਸੇ ਤੇ ਹਨਾ ਉਸ ਸਾਈਡ ਹੈ ਨਹੀਂ ਸੀ ਇਸ ਸਾਈਡ ਮੀਂਹ ਹੈ ਅਤੇ ਮਿਲਦੇ ਆ ਜਾ ਕੇ ਕਹਿੰਦੇ ਜੀ ਆਪਣਾ ਸਟੇਸ਼ਨ ਆ ਰਿਹਾ ਹੁਸੈਨੀ ਵਾਲਾ ਬਾਰਡਰ ਅਤੇ ਹਨਾ ਜੀ ਵੇਚੀ ਸਕਦੇ ਸਟੇਸ਼ਨ ਦਾ ਨਾਮ ਹੀ ਹੁਸੈਨੀ ਵਾਲਾ ਸਟੇਸ਼ਨ ਹੈ ਅਤੇ ਵੇਚੀ ਸਕਦੋ ਇਹਨੂੰ ਕਹਿੰਦੇ ਆ ਟਿਕਟਰ ਅਤੇ ਚਲੋ ਜੀ ਆਪਾਂ ਪਹਿਲਾਂ ਬਾਈਕ ਚਲਾ ਲਈਏ ਪਾਰਟ ਅਤੇ ਤੁਹਾਨੂੰ ਆਪਾਂ ਇੱਥੇ ਚੀਜ਼ ਦੱਸਦੇ ਹਾਂ ਇਹਨਾਂ ਦੀ ਅਤੇ ਹਨਾ ਜੀ ਵੇਚੀ ਸਕਦੇ ਹੋ ਅਤੇ ਲਓ ਜੀ ਕਹਿੰਦੇ ਆਪਣੇ ਹੁਸੈਨੀ ਵਾਲਾ ਸਟੇਸ਼ਨ ਹੈ ਅਤੇ ਹਨਾ ਜੀ ਇੱਥੇ ਟਿਕਟ ਧਾਰ ਹੈ ਜਿਵੇਂ ਟਿਕਟ ਇੱਥੋਂ ਪਰਚੇਸ ਹੁੰਦੀਆਂ ਸੀਗੀਆਂ ਅਤੇ ਹਨਾ ਜੀ ਹੁਣ ਤਾਂ ਟੁੱਟਦੀ ਬੰਦ ਹੋ ਰਿਹਾ ਹੋਇਆ ਸਟੇਸ਼ਨ ਅਤੇ ਹਨਾ ਜੀ ਅੱਡੇ ਨਹੀਂ ਜਾਂਦੀ ਰੇਲ ਗੱਡੀ ਜਿਵੇਂ ਵਗੈਰਾ ਅਤੇ ਇੱਥੇ ਵੈਸੇ ਤਾਂ ਪਟੜੀਆਂ ਬਣੀਆਂ ਵੀ ਹੋਈਆਂ ਤੁਹਾਨੂੰ ਆਪਾਂ ਬਿਠਾਉਂਦੇ ਹਾਂ ਅਤੇ ਹਨਾ ਜੀ ਚਲੋ ਜੀ ਆਪਾਂ ਪਹਿਲਾਂ ਪੌੜੀਆਂ ਚੱਲ ਲਈਏ ਉੱਥੇ ਅਤੇ ਲਓ ਜੀ ਕਹਿੰਦੇ ਇੱਥੇ ਪਟੜੀਆਂ ਬਣੀਆਂ ਵੀ ਹੋਈਆਂ ਤੁਸੀਂ ਵੇਖ ਹੀ ਸਕਦੋ ਵੇਖ ਅਤੇ ਅੰਦਾਜ਼ਾ ਵੀ ਲਾ ਹੀ ਸਕਦੋ ਅਤੇ ਹਨਾ ਜੀ ਰੇਲਵੇ ਸਟੇਸ਼ਨ ਅਤੇ ਹਨਾ ਜੀ ਅੱਧੇ ਹੈਰਾ ਪਾਉਂਦੀ ਹੋ ਜਾਂਦੀ ਪਟੜੀ ਪੂਰੀ ਅਤੇ ਹਨਾ ਜੀ ਵੇਖ ਹੀ ਸਕਦੋ ਇੱਥੋਂ ਟੱਟੜਾ ਐਂਡ ਆਫ ਰੇਲਵੇ ਇੱਥੋਂ ਦੀ ਰੇਲਵੇ ਦੀ ਸਿੱਧੀ ਐਂਡ ਆਫ ਰੇਲਵੇ ਦੀ ਅਤੇ ਹਨਾ ਜੀ ਕਹਿੰਦੇ ਆਪਾਂ ਇਸ ਤੋਂ ਅੱਧੇ ਵੀ ਜਾਂਦੇ ਫਿਰ ਆਪਣਾ ਪਾਕਿਸਤਾਨ ਟਾਪੇ ਆਉਂਦੇ ਅਤੇ ਹਨਾ ਜੀ ਵੇਖ ਲਓ ਹੀ ਕਹਿੰਦੇ ਇੱਥੋਂ ਦਾ ਵੀ ਅਤੇ ਇਸ ਸਾਈਡ ਪੂਰੀਆਂ ਲਾਈਨਾਂ ਸੀਗੀਆਂ ਪਹਿਲਾਂ ਟ੍ਰੇਨ ਚੱਲਦੀ ਸੀ ਹੁਣ ਤਾਂ ਨਹੀਂ ਚੱਲਦੀ ਫਿਲਹਾਲ ਅਤੇ ਹਨਾ ਜੀ ਅਤੇ ਦੇਖ ਲਓ ਹੀ ਕਹਿੰਦੇ ਅਤੇ ਨਾਲ ਪੀਜੇ ਭਰਾ ਵੀ ਆਪਣਾ ਅਤੇ 10 ਫਿਰ ਪੀਜੇ ਭਰਾ ਕੀ ਚੜੀ ਜਾਂਦਾ ਪੱਥਰਾਂ ਨਾਲ ਇੱਥੇ ਆ ਗਏ ਇੱਥੇ ਰੁਕ ਗਈ ਲਾਸਟ ਬਿਠਾਉਣਾ ਹੀ ਭੁੱਲਦੇ ਅਤੇ ਕਹਿੰਦੇ ਬਾਰਡਰ ਜਿੱਥੇ ਉੱਥੇ ਜਾਣ ਦਾ ਸਟੂਡ ਵੀ ਵਧੀਆ ਮਿਲਦਾ ਅਤੇ ਹਨਾ ਜੀ ਵੇਖ ਹੀ ਸਕਦੇ ਉਹ ਤਾਂ ਇੱਕ ਚੀਜ਼ ਦਾ ਫੋਟੋ ਸਟੇਟਾ ਜਾਵੇ ਉੱਥੇ ਤਿੰਨੇ ਧੈਣ ਧੜ ਪਾਏ ਹੋਏ ਆ ਲੋਟਾਂ ਨੇ ਵੀ ਇੱਥੇ ਅਤੇ ਹਨਾ ਜੀ ਵੇਖ ਲਓ ਹੀ ਕਹਿੰਦੇ ਇੱਥੋਂ ਦਾ ਮੰਨਿਆ ਜਾਵੇ ਅਤੇ ਚਲੋ ਹੀ ਕਹਿੰਦੇ ਆਪਾਂ ਹੁਣ ਚੱਲਦੇ ਹਾਂ ਆਪਣੀ ਧਨੋ ਰਾਣੀ ਕਰੀਏ ਸਟਾਰਟ ਕਹਿਣਾ ਹੀ ਮਿਲਦੇ ਆ ਕਹਿੰਦੀ ਆਪਾਂ ਫਾਈਨਲੀ ਰੇਲਵੇ ਸਟੇਸ਼ਨ ਤੁਹਾਨੂੰ ਵਿਖਾ ਦਿੱਤਾ ਨੌਰਥ ਐਂਡ ਰੇਲਵੇ ਕਹਿਣਾ ਹੀ ਦੇਖ ਲਓ ਹੀ ਕਹਿੰਦੇ ਹੁਣ ਆਪਾਂ ਤੁਰ ਚੁੱਕੇ ਹਾਂ ਅੱਧੇ ਸਫ਼ਰ ਵੀ ਹੈ ਫਿਲਹਾਲ ਅਤੇ ਹਨਾ ਜੀ ਚਲੋ ਜੀ ਆਪਾਂ ਅੱਧੇ ਜਾਣੇ ਮਿਲਦੇ ਹਾਂ ਅਤੇ ਪੁੱਲ ਵੇਖ ਲਓ ਕਹਿੰਦੇ ਕਿੰਨਾ ਟੈਂਟ ਬਣਿਆ ਇੱਧਰੋਂ ਮੀਂਹ ਵੀ ਚੈੱਕ ਕਰ ਸਕਦੇ ਇੱਥੇ ਤਿੰਨਾਂ 'ਤੇ ਜਾਣਾ ਪਿਆ ਕਹਿਣਾ ਹੀ ਫਾਈਨਲੀ ਆਪਾਂ ਪਹੁੰਚਦੇ ਹਾਂ ਅਤੇ ਬਾਰਡਰ ਅਤੇ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਅਤੇ ਬਾਈਕ ਚਲਾਉਂਦੇ ਹਾਂ ਪਾਰਟੀ 'ਚ ਤੁਹਾਨੂੰ ਹੋਰ ਵੀ ਸਹੂਲਤ ਕਰਾਉਂਦੇ ਹਾਂ ਚੀਜ਼ਾਂ ਲਓ ਜੀ ਕਹਿੰਦੇ ਇੱਥੋਂ ਦਾ ਵੀ ਮਾਹੌਲ ਚੱਲ ਵੇਖ ਹੀ ਸਕਦੇ ਹੋ ਅਤੇ ਚਲੋ ਜੀ ਕਹਿੰਦੇ ਆਪਾਂ ਮੌਸਮ ਦਾ ਟੈਂਟ ਅਤੇ ਲਓ ਜੀ ਕਹਿੰਦੇ ਵੈਲਕਮ ਟੂ ਹਸਾਨੀ ਵਾਲਾ ਬਾਰਡਰ ਪਹੁੰਚਦੇ ਹਾਂ ਜੀ ਵੇਖ ਹੀ ਸਕਦੇ ਹੋ 1 ਕਿਲੋਮੀਟਰ 1 ਕਿਲੋਮੀਟਰ ਦੀ ਜੇ ਤੋਛੀ ਦੂਰੀ 'ਤੇ ਆਪਾਂ ਪਹੁੰਚ ਲਓ ਜੀ ਕਹਿੰਦੇ ਆਪਾਂ ਫਾਈਨਲੀ ਪਹੁੰਚ ਹੀ ਗਏ ਸੀ ਕਹਿੰਦੇ ਜੀ ਇੱਥੋਂ ਵੇਖ ਹੀ ਸਕਦੇ ਹੋ ਆਪਾਂ ਆ ਗਏ ਸੀ ਐਂਟਰ ਸਟਾਲ ਲਿੱਤੀ ਸੀ ਆਪਾਂ ਹੁਣ ਲਾਈਏ ਆਪਣੀ ਪਾਰਟੀ
ਪੂਰੀ ਧੰਨੋ ਰਾਣੀ ਤੇ ਚਲੋ ਜੀ ਲੱਸੀ ਟਾਂਡਾ ਬਹੁਤ ਹੀ ਜ਼ਿਆਦਾ ਸਵਾਦ ਹੈ ਮੈਂ ਲੱਸੀ ਵੱਲ ਤਾਂ ਤੂੰ ਆਪ ਹੈ ਵੀਰ ਤੈਨੂੰ ਮਰੂਟੀ ਰਹੀਦਾ ਫਿਰੋਜ਼ਪੁਰ 'ਚ ਅਤੇ ਟਾਂਡੇ ਜਿੰਨੇ ਮਰਜ਼ੀ ਪੈਸੇ ਲੈ ਲਓ ਸੇਫਟੀ ਆਪਣੀ ਆ ਵੈਸੇ ਇਹਦੇ ਅਤੇ ਹੈ ਨਾ ਜੀ ਟਾਂਡੇ ਜੀ ਵੇਲਤਾ ਵਾਲਿਆਂ ਤੋਂ ਆਪਾਂ ਤੁਸੀਂ ਚਲੋ ਪਰਚੇਸ ਵੀ ਕਰ ਲਈ ਹੈ ਪੋਠੀ ਲੱਡ ਰਹੀ ਆ ਜਾਣਾ ਜੀ ਤੁਸੀਂ ਖਾਧਾ ਵੀ ਨਹੀਂ ਅਤੇ ਹੈ ਨਾ ਜੀ ਚਲੋ ਜੀ ਟਾਂਡੇ ਵੇਚਦੇ ਹਾਂ ਉਹ ਸਥਾਈ ਵੀ ਆ ਜੀ ਉੱਠਦੇ ਆ ਰਹੇ ਆਪਣੇ ਜੀ ਟਾਂਡੇ ਦਾਲ ਵਗੈਰਾ ਵੀ ਪਈ ਹੋਈ ਆ ਟਿਆਣਾ ਜੀ ਅਤੇ ਟਾਂਡੀ ਪਾਈਏ ਇੱਕ ਪਲੇਟ ਇਹਦੀ ਲਾ ਦਿਓ ਪਹਿਲਾਂ ਤਾਂ ਹਾਂਜੀ ਅਤੇ ਟਾਂਡੀ ਪਿਆਜ਼ ਪਿਊਜ਼ ਪਾ ਰਹੇ ਆ ਵਧੀਆ ਤਿੰਨ ਲੋ ਐਲੋ ਹੀ ਰਹਿੰਦੇ ਵੇਲੋ ਹੀ ਰਹਿੰਦੇ ਫਾਈਨਲੀ ਰਹਿੰਦੇ ਆਪਣੇ ਕਿੰਨੇ ਵਜੇ ਸਟਾਰਟ ਮੇਰੇ ਵੀਰ ਜੀ ਜਿਹੜੀ ਹੋਣੀ ਹੈ 6 ਵਜੇ 6 ਵਜੇ ਤੇ ਸਾਡੇ 6 ਖਤਮ ਹੈ ਉਹ ਆਪਾਂ ਬਾਅਦ ਵਿੱਚ ਜਲਦੀ ਆ ਦੇ ਜਲਦੀ ਹੈ ਨਾ ਨਹੀਂ ਜਲਦੀ ਇਹਨਾਂ ਦਾ ਤੁਹਾਨੂੰ ਜਾ ਕੇ ਅੰਦਰ ਦੋ ਆਈਟਮਾਂ ਹੋਰ ਦੇਖਣ ਨੂੰ ਮਿਲਣੀਆਂ ਹਜੇ ਇੱਕ ਮਿਲ ਚਲੋ ਜੀ ਭਾਜੀ ਮੀਜ਼ਨ ਦੇ ਨਾਲ ਉਸ ਤੋਂ ਬਾਅਦ ਸਰ ਨਮਸਕਾਰ ਚਲੋ ਜੀ ਜਾਂਦੇ ਆਪਾਂ ਹੁਣ ਤਰਦੇ ਹਾਂ ਟੇਸ਼ ਚਲੋ ਜੀ ਜਾਂਦੇ ਆਪਣਾ ਤਲਣਾ ਵੀ ਟੇਸ਼ ਬੰਦਾ ਹੈ ਨਾ ਜੀ ਵੇਖ ਲਓ ਜੀ ਜਾਂਦੇ ਅੱਛਾ ਜਾ ਗਏ ਚਲ ਗੁੱਡ ਲੱਸੀ ਦੇ ਲੋ ਮੈਂ ਆਂਦੇ ਲੋ ਜੀ ਜਾਂਦੇ ਫਾਈਨਲੀ ਖਾਓ ਤੁਸੀਂ ਵੀ ਆਪਾਂ ਹੀ ਹਮੇ ਮੇ ਹਾਂ ਅੰਕਲ ਮੈਨੂੰ ਉਹ ਦੇ ਦਿਓ ਸਪਰਾਈਟ ਆ ਵਾਪਸ ਕਰੋ ਟਾਂਡੀ ਦਾਲ ਦੂਲ ਖਾ ਰਹੇ ਆ ਹਨਾ ਜੀ ਲੱਸੀ ਸਵਾ ਦੁੱਧ ਜ਼ਿਆਦਾ ਪਾਉਂਦੇ ਆ ਨਾ ਦੁੱਧ ਜ਼ਿਆਦਾ ਪਾਉਂਦੇ ਆ ਅੱਛਾ ਮੌਸਮ ਘੈਂਟ ਆ ਹਨਾ ਅੱਜ ਆ ਗਿਆ ਨਵਜੋਤ ਫਲੈਰ ਵਗੈਰਾ ਲਾਦੇ ਆ ਹੁਣ ਆਪਾਂ ਹਦਾਲ ਤੁਹਾਡੇ ਨਾਲ ਤਰਵਾ ਲੈਂਦੇ ਹਾਂ ਅਤੇ ਇੱਥੇ 6 ਵਜੇ ਹੁੰਦੀ ਆ ਪਲੇਰ ਕਹਿੰਦਾ ਜੀ ਵੇਖ ਹੀ ਸੱਦੋ ਚਲੋ ਜੀ ਆਪਾਂ ਹੁਣ ਹਦਾਲ ਤੁਹਾਡੇ ਲਾਉਂਦੇ ਹਾਂ ਅਤੇ ਇੱਥੇ ਮਿਲਦੇ ਹਾਂ ਜਾ ਕੇ ਕਿੱਦਾਂ ਦੀ ਅੰਦਰ ਆਪਾਂ ਰਲ ਲਈ ਕਹਿੰਦੇ ਥੋਲ ਥੂਲ ਲਈ ਆ ਉਹਨਾਂ ਥੋਲ ਨਾ ਲੈ ਉੱਥੇ ਚੈਰਿੰਗ ਵਗੈਰਾ ਹੋਊਗੀ ਆਪਣੀ ਠੀਕ ਹੈ ਨਾ ਜੀ ਅਤੇ ਚਲੋ ਜੀ ਜਾਂਦੇ ਆਪਾਂ ਫਾਈਨਲੀ ਆਪਾਂ ਹੁਣ ਪਾਕਿਸਤਾਨ ਦੇ ਅੰਦਰ ਚੱਲੇ ਹਾਂ ਪਾਕਿਸਤਾਨ ਨਹੀਂ ਇੰਡੀਆ ਦੇ ਚੱਲੇ ਹਾਂ ਅਤੇ ਹੈ ਨਾ ਜੀ ਮੈਂ ਆਸੇ ਵਜਾਲੇ ਵੀ ਲਾਉਣੇ ਬੜੇ ਜ਼ਰੂਰੀ ਹੁੰਦੇ ਆ ਇਹ ਪੀਰੇ ਬਰਾਤ ਸਵਾ ਥੋਲ ਯਾਰ ਪੈਡਰ ਪੂਡਰ ਦਿੱਲੀ ਤੋਂ ਭਾਈ ਆਈ ਸੀ ਕਹਿੰਦੇ ਜੀ ਕਹਿੰਦੇ ਆਪਣੇ ਜਿਹੜੇ ਮੇਰੇ ਭੈਣ ਭਰਾ ਇੱਥੋਂ ਦੀ ਲੈ ਕੇ ਵੀ ਜਾਂਦੇ ਆ ਜਿਹੜੇ ਵੈਸੇ ਤੁਰਿਆ ਦੇ ਵਾਧੂ ਜਾਂਦਾ ਆਪਾਂ ਜਵਾਨ ਆ ਯੰਨ ਦਾ ਆਪਾਂ ਮੁੰਡੇ ਕਹਿੰਦੇ ਜੀ ਆ ਟੱਲਾ ਟੱਲਾ ਠਾਣ ਲੱਗਦਾ ਸਾਨੂੰ ਜਿੱਥੋਂ ਪੁੰਨੀ ਹੈ ਨਾ ਜੀ ਅਤੇ ਚਲੋ ਜੀ ਵੀਰ ਤੂੰ ਸਾਨੂੰ ਜਿੱਥੇ ਪੁੰਨਾ ਨਾ ਅਤੇ ਕਹਿੰਦੇ ਜੀ ਆ ਲੋ ਜੀ ਕਹਿੰਦੇ ਖਾਓ ਥੋੜ੍ਹਾ ਬੂਟਾ ਲਓ ਵੀਰੇ ਚੱਲ ਲਓ ਜੀ ਕਹਿੰਦੇ ਵੀਰ ਇੱਥੇ ਡਰੋ ਪੈਦਲ ਫੈਂਸ ਤੁਸੀਂ ਵੀ ਠਾ ਲਓ ਉੱਥੇ ਜੀ ਉੱਥੇ ਅਤੇ ਕਹਿੰਦੇ ਭਾਅ ਜੀ ਆਪਣੇ ਵੀ ਮਿਲੇ ਆ ਅਤੇ ਕਹਿੰਦੇ ਭਾਅ ਜੀ ਹੁਣਾਂ ਦਾ ਵੀ ਕੰਮ ਹੈ ਮੰਨਿਆ ਜਾਵੇ ਸੈਲਫੀ ਸਟਿਕ ਵਗੈਰਾ ਭਾਅ ਜੀ ਉਹਨੇ ਫੜੀ ਹੋਈ ਆ ਦਿੱਲੀ ਤੋਂ ਆਏ ਆ ਹੈ ਨਾ ਜੀ ਅਤੇ ਕਹਿੰਦੀ ਇੰਡੀਆ 'ਚ ਆਏ ਆ ਸਪੈਸ਼ਲੀ ਪਲੇਅਰ ਵੇਖਣ ਜੀ ਕਹਿੰਦੇ ਅਤੇ ਹੈ ਨਾ ਜੀ ਅਤੇ ਚਲੋ ਜੀ ਕਹਿੰਦੇ ਆਪਾਂ ਅੰਦਰ ਜਾਂਦੇ ਮਿਲਦੇ ਹਾਂ ਅਤੇ ਤੁਹਾਨੂੰ ਬਿਠਾਉਂਦੇ ਹਾਂ ਕਹਿੰਦੇ ਆਪਣੇ ਤਰੰਦਾ ਵੇਖ ਲਓ ਫਲੈਟ ਫਾਈਨਲੀ ਆਪਣੀ ਆਰਮੀ ਤੋੜੇ ਦੇ ਆਉਂਦੇ ਪਏ ਆ ਅਤੇ ਤੁਸੀਂ ਵੇਖ ਹੀ ਸੱਦੋ ਤਲੋ ਜੀ ਕਹਿੰਦੇ ਆਪਾਂ ਫਾਈਨਲੀ ਆ ਰਹੇ ਫਲੈਟ ਦੇ ਜਮ੍ਹਾਂ ਹੀ ਤਲੋਜ ਪਾਉਂਦੇ ਸੀਗੇ ਕਹਿੰਦਾ ਜੀ ਕਹਿੰਦੇ ਉਸ ਸਾਈਡ ਹੋ ਜਾਂਦੀ ਆ ਪਾਕਿਸਤਾਨ ਸਟਾਰਟ ਆਈ ਅਤੇ ਹੈ ਨਾ ਜੀ ਅਤੇ ਕਹਿੰਦੇ ਵੀਰ ਆਪਣਾ ਵੀ ਹੈ
ਸੈਲਫੀ ਹੋ ਜੇ ਜਾਂਦੀ ਵੀ ਚਲੋ ਜੀ ਜਾਂਦੇ ਆਪਾਂ ਹੁਣ ਚੱਲਦੇ ਹਾਂ ਤੁਹਾਨੂੰ ਅਸਫੋਲ ਚੱਲਦੇ ਹਾਂ ਇੱਥੋਂ ਦੀਆਂ ਇੱਥੇ ਚੀਜ਼ਾਂ ਅਤੇ ਨਾ ਜੀ ਚਲੋ ਜੀ ਜਾਂਦੇ ਵੇਖ ਹੀ ਸੱਜੋ ਫਲੈਟ ਵੱਲ ਵੀ ਅਤੇ ਮਿਲਦੇ ਹਾਂ ਜੀ ਜ਼ਿਆਦਾ ਅੰਦਰ ਨੂੰ ਵੈਸੇ ਤਾਂ ਗਰਮੀ ਬੜਾ ਜ਼ਿਆਦਾ ਹੈ ਬੁਰਾ ਹਾਲ ਹੋਇਆ ਪਿਆ ਗਰਮੀ ਦੀ ਅਤੇ ਮੌਸਮ ਦਾ ਔਸਮ ਹੋਇਆ ਪਿਆ ਅਤੇ ਨਾ ਜੀ ਦੇ ਨਾਲ ਆਪਣੇ ਭਾਅ ਜੀ ਉਹਨੂੰ ਵੀ ਮਿਲਦੇ ਸੀ ਆਪਾਂ ਨੂੰ ਲਓ ਜੀ ਜਾਂਦੇ ਤੁਰੀ ਜਾਂਦੇ ਮੁੰਡੇ ਵਧੀਆ ਅਤੇ ਮਿਲਦੇ ਹਾਂ ਅੰਦਰ ਜਾ ਤੇ ਜੀ ਜਾਂਦੇ ਆਪਣੇ ਭਾਅ ਜੀ ਹੁਣੀ ਸੋਲਜਰ ਵਗੈਰਾ ਥੋੜ੍ਹੇ 'ਤੇ ਜਾਂਦੇ ਪਏ ਆ ਤੁਸੀਂ ਵੇਖ ਹੀ ਸਕਦੇ ਇੱਥੋਂ ਦੇ ਅਤੇ ਭਾਈ ਹੋਣੀ ਲੈ ਕੇ ਚੱਲੇ ਆ ਤੋੜੇ ਅਤੇ ਚਲੋ ਜੀ ਜਾਂਦੇ ਆਪਾਂ ਹੁਣ ਚੱਲਦੇ ਹਾਂ ਅੰਦਰ ਅਤੇ ਵੇਖ ਲਓ ਅਤੇ ਜਾਂਦੀ ਮਿੱਤਰੋ ਵੇਖ ਹੀ ਸਕਦੇ ਹੋ ਇੱਥੋਂ ਦੀ ਕਹਿਣਾ ਜੀ ਅਤੇ ਵੇਖ ਲਓ ਜੀ ਜਾਂਦੇ ਤਿੰਨਾਂ ਟੈਂਟ ਬਣਾਇਆ ਹੋਇਆ ਅੰਦਰ ਆਉਂਦੀ ਐਂਟਰੈਂਸ ਅਤੇ ਚਲੋ ਜੀ ਜਾਂਦੇ ਆਪਾਂ ਹੁਣ ਆਪਾਂ ਤੁਹਾਨੂੰ ਅੰਦਰ ਦਾ ਵਿਊ ਵਗੈਰਾ ਵੀ ਬਿਠਾਉਂਦੇ ਹਾਂ ਪੂਰਾ ਟੈਂਟ ਅਤੇ ਲਾਜਵਾਬ ਜੀ ਜਾਂਦੇ ਅਤੇ ਵੇਖ ਹੀ ਸਕਦੇ ਹੋ ਅਤੇ ਇੱਥੋਂ ਦਾ ਆਪਾਂ ਨੂੰ ਹਥਿਆਰ ਜਿੰਨਾ ਦੇ ਪੁੜੇ ਉਹ ਅੰਦਰ ਆ ਰਹੇ ਸੀ ਆਪਾਂ ਅਤੇ ਵੇਖ ਹੀ ਸਕਦੇ ਹੋ ਇੱਥੋਂ ਦੀ ਅਤੇ ਚਲੋ ਜੀ ਜਾਂਦੇ ਸਾਊਂਡ ਵਗੈਰਾ ਚੱਲਦੀ ਪਈ ਆ ਤਿੰਨਾਂ ਦੇ ਟੈਂਟ ਬਣਿਆ ਪਹਿਲਾਂ ਤਾਂ ਫਿਲਹਾਲ ਐਵੇਂ ਨਹੀਂ ਸੀ ਤਾਂ ਹੁਣ ਇਹਨਾਂ ਨੂੰ ਪੂਰਾ ਪੱਟਾ ਡਰਾ ਦਿੱਤਾ ਮੁਰੰਮਤ ਡਰਾ ਤੇ ਪੂਰਾ ਅਤੇ ਨਾ ਜੀ ਚਲੋ ਜੀ ਹੁਣ ਵਧੀਆ ਵੀ ਬਣਦੇ ਆ ਅਤੇ ਇੱਥੇ ਕੰਟੀਨ ਵਗੈਰਾ ਬਣੀ ਹੋਈ ਆ ਅਤੇ ਚਲੋ ਜੀ ਅੰਦਰ ਚੱਲਦੇ ਆ ਅਤੇ ਮਿਲਦੇ ਆ ਤੁਹਾਨੂੰ ਅਸਟੋਲ ਤਲਦੇ ਆ ਹੋਰ ਵੀ ਚੀਜ਼ਾਂ تمام معزز مہمانوں کو السلام علیکم پاکستان رینجرز کی طرف سے ہم آپ کو گنڈا سنگھ واٹر پر خوش آمدید کہتے ہیں تمام بہن بھائیوں اور بچوں سے گزارش ہے کہ پریڈ کے دوران پریڈ ویلیو میں غیر اخلاقی نعروں اور روٹنگ سے پرہیز کریں دیش بھکتی سے سمبندھت ہو جیسے بھارت ماتا کی جائے ہندوستان زندہ باد انقلاب زندہ باد اور بندے ماتم دھنیواد ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।
ਜਿੰਦਾਬਾਦ ਜਿੰਦਾਬਾਦ ਜੈ ਜੈ ਜਿੰਦਾਬਾਦ ਜਿੰਦਾਬਾਦ ਜੈ Oh!
ਸੁਪਨੇ ਹੀ ਆਉਣਾ ਬੰਦਾ ਆਹ
ਦੀ ਟੈਂਟ ਸੀ ਤੇ ਇਹੋ ਜਿਹਾ ਲੱਗਿਆ ਪੀਲੇ ਪਤਾ ਬਹੁਤ ਵਧੀਆ ਸੀ ਤੇ ਲੋ ਜੀ ਰਹਿੰਦੇ ਮਿਲਦੇ ਹਾਂ ਇਸ ਤੋਂ ਵੀ ਨਿਊ ਨਿਊ ਬਲੋਗ ਲੈ ਤੇ ਮਿਲਦੇ ਹਾਂ ਨੈਕਸਟ ਬਲੋਗ 'ਚ ਗੁੱਡ ਬਾਏ ਸੀ ਯੂ ਟਮਾਰੋ।